ਜੇ ਅੱਜ ਵੀ ਘਰਾਂ 'ਚ ਬੈਠੇ ਰਹੇ ਨਾ ਇਹੀ ਸੋਚੀ ਕਿ ਛੱਡ ਪਰੇ ਮੈਂ ਕੀ ਲੈਣਾ ਆਪਾਂ ਨੂੰ ਕੀ ਆ ਮੇਰਾ ਗਵਾਂਢੀ ਵਗ ਜੂਗਾ ਪਿੰਡ 'ਚੋਂ ਵਗੇ ਦਾ ਟਰੈਕਟਰ ਆਪਾਂ ਉੱਥੇ ਹੀ ਕਰਾਂਗੇ ਮੇਰਾ ਤਾਂ 10 ਲੱਖ ਦਾ ਮੇਰਾ ਤਾਂ 5 ਲੱਖ ਦਾ ਟਰੈਕਟਰ ਆਪਾਂ ਲੈ ਨਾ ਜਾਵੇ ਅੱਜ ਉਹ ਜ਼ਮੀਨਾਂ ਕਰੀਆਂ ਸੋਲਾ 5 ਲੱਖ ਵਾਲਾ ਕਹਿੰਦੇ 5 ਹਜ਼ਾਰ 'ਚ ਨਹੀਂ ਲੈਣਾ ਬਾਈ ਤਰੀਕ ਨੂੰ ਇੱਥੋਂ ਮੋਗੇ ਤੋਂ ਚੱਲਣਾ ਮੋਗੇ ਵਾਲੇ ਸੋਚਦੇ ਆ ਮੋਗਿਓ ਕਾਫਲਾ ਬਣਾ ਕੇ ਉਹਨੂੰ ਮੋਗਾ ਵਿਚਾਰਾ ਜੇ ਪੈ ਜਾਂਦਾ ਸਾਰੇ ਪੰਜਾਬ ਦੇ ਮੋਗਿਓਂ ਬਰਨਾਲਾ ਸੰਗਰੂਰ ਹੋ ਕੇ ਆਪਾਂ ਜਾਣਾ ਸਭ ਤੋਂ ਪਹਿਲਾਂ ਮਾਝੇ ਵਾਲੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੀਆਂ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਨੇ ਜੰਗਾਂ ਹੋਈਆਂ ਨੇ ਜਾਂ ਜਦੋਂ ਵੀ ਕੌਮ ਦੇ ਉੱਤੇ ਕੋਈ ਵਿਪਤਾ ਪਈ ਹੈ ਕੋਈ ਮੁਸੀਬਤ ਆਈ ਹੈ ਤਾਂ ਮਾਝੇ ਵਾਲੇ ਬਹੁਤ ਵਧੀਆ ਤੁਸੀਂ ਜਿਹੜਾ ਰੋਲਾ ਨਿਭਾਇਆ ਬਹੁਤ ਵਧੀਆ ਭੂਮਿਕਾ ਤੁਸੀਂ ਹਮੇਸ਼ਾ ਨਿਭਾਉਂਦੇ ਆਏ ਅੱਜ ਫਿਰ ਸਾਡੀ ਪੰਜਾਬ ਦੀ ਧਰਤੀ ਨੂੰ ਸਾਡੀ ਮਾਂ ਧਰਤੀ ਨੂੰ ਸਾਡੇ ਪੰਜਾਬ ਨੂੰ ਇਹ ਜਿਹੜੇ ਧਾਰਮਿਕ ਲੋਕ ਨੇ ਜਿਹੜੇ ਜ਼ਾਲਮ ਲੋਕ ਨੇ ਉਹ ਦੁਬਾਰਾ ਫਿਰ ਜੱਟਾਂ ਨੂੰ ਫਿਰਦੇ ਆ ਫਿਰ ਪਾਉਣ ਨੂੰ ਫਿਰਦੇ ਆ ਸੋ ਇਸੇ ਕਰਕੇ ਇਹ ਬੇਨਤੀਆਂ ਕਰਨ ਤੁਹਾਡੇ ਕੋਲ ਪੂਰੀਆਂ ਕਰਨ ਅਸੀਂ ਆਏ ਹਾਂ ਕਿ 21-22 ਤਰੀਕ ਤੱਕ ਆਪਾਂ ਜਿੱਦਾਂ ਵੱਡੇ ਕਾਫਲੇ ਆ ਜਿਹੜੇ ਟਰੈਕਟਰਾਂ ਨੇ ਗੱਡੀਆਂ ਨੇ ਲਿਜਾ ਸਕਦੇ ਹਾਂ ਵੱਧ ਤੋਂ ਵੱਧ ਆਪਣੀ ਗਿਣਤੀ ਜਿਹੜੀ ਉੱਥੇ ਲੈ ਕੇ ਜਾਈਏ ਕਿਉਂਕਿ ਜਿੱਡੀ ਵੱਡੀ ਸਾਡੀ ਗਿਣਤੀ ਦਿੱਲੀ ਪਹੁੰਚੂਗੀ ਜਿੱਡੀ ਵੱਡਾ ਕਾਫਲਾ ਦਿੱਲੀ ਪਹੁੰਚੂਗਾ ਜਿੰਨੀ ਵੱਡੀ ਲਾਂਭ ਹੁੰਦੀ ਸਾਡੀ ਹੋਊਗੀ ਜਿੱਤ ਸਾਡੀ ਉਨੀ ਭਾਵ ਚੁੱਕੀ ਨਹੀਂ ਹੋਣੀ ਹੈ ਹੁਣ ਘਰ ਘਰ ਦਾ ਟਰੈਕਟਰ ਘਰ ਘਰ ਦੀ ਗੱਡੀ ਹਰ ਘਰ ਦੇ ਵਿੱਚ ਇੱਕ 2-2 ਇਨਸਾਨ ਜਿਹੜੇ ਉਹ ਜਾਣੇ ਚਾਹੀਦੇ ਨੇ ਅਤੇ ਨਾਲ ਖਿਆਲ ਰੱਖਿਓ ਕਿ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਲੈ ਕੇ ਆਓ ਜਾਣਾ ਚਾਹੁੰਦੇ ਨੇ ਆਪਾਂ ਨਾਰਾ ਇੱਕ ਪਾਉਂਦੇ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਜਿਸ ਤਰੀਕੇ ਦੇ ਨਾਲ ਸਾਡੇ ਮਜ਼ਦੂਰ ਭਰਾਵਾਂ ਦੀ ਗਿਣਤੀ ਹੋਣੀ ਚਾਹੀਦੀ ਸੀ ਉਵੇਂ ਪਹੁੰਚੀ ਨਹੀਂ ਕਾਰਨ ਕੀ ਹੈ ਸਾਨੂੰ ਮੌਕੇ ਕਈ ਮਿਲੇ ਉਹਨਾਂ ਨੇ ਬਈ ਜਾਣਾ ਚਾਹੁੰਦੇ ਹਾਂ ਪਰ ਥੋੜ੍ਹੇ ਗੁਜ਼ਾਰਸ ਨਹੀਂ ਹੈ ਕਿ ਪੈਸੇ ਦੇਣੇ ਕਿ ਗੱਲ ਹੀ ਕਿਵੇਂ ਨੇ ਤਾਂ ਮੈਂ ਕਹਿੰਦਾ ਟਰੈਕਟਰ ਟਰਾਲੀਆਂ ਸੋਡੀਆਂ ਹੋਣੀਆਂ ਨੇ ਗੱਡੀਆਂ ਸੋਡੀਆਂ ਹੋਣਗੀਆਂ ਜਾਂ ਫਿਰ ਪਿੰਡਾਂ ਦੇ ਵਿੱਚ ਲੋਕੇ ਦਵਾਓ ਉਹਨਾਂ ਦੇ ਘਰਾਂ ਦੇ ਵਿੱਚ ਜਾਓ ਵੀ ਆ ਜਾਓ ਟਰੈਕਟਰ ਟਰਾਲੀ ਅਸੀਂ ਜੋੜਦੇ ਹਾਂ ਗੱਡੀ ਅਸੀਂ ਕੱਢਦੇ ਹਾਂ ਸਾਡੇ ਨਾਲ ਬੈਠ ਕੇ ਦਿੱਲੀ ਵੀ ਜਾਇਓ ਚਲੋ ਸਾਡੇ ਨਾਲ ਸੋ ਇੱਕ ਗੱਲ ਤਾਂ ਹੋਰ ਜਿਹੜੀ ਗੱਲ ਮੈਂ ਮਾਝੇ 'ਚ ਆਇਆ ਸੋ ਤੁਹਾਡੇ ਨਾਲ ਗਿਲਾ ਵੀ ਹੈ ਮੈਂ ਪਹਿਲਾਂ ਵੀ ਆਇਆ ਸੀ ਬੀਬੀ ਖਾਲਾ ਦੀਆਂ ਮੌਤਾਂ ਵੇਲੇ ਵੀ ਆਇਆ ਸੀ ਪਰ ਉਦੋਂ ਜਿਵੇਂ ਮੁੱਲ ਪਾਉਣਾ ਚਾਹੀਦਾ ਸੀ ਨਾ ਉਵੇਂ ਪਾਇਆ ਨਹੀਂ ਮਾਝੇ ਵਾਲੇ ਨੇ ਅਤੇ ਮੰਨਦੇ ਹੋ ਗੱਲ ਕਿ ਨਹੀਂ ਮੰਨਦੇ ਯਕਦਮ ਜਾਂ ਹੈਰਨ ਜਾਂ ਸਮੈਕ ਸਭ ਤੋਂ ਪਹਿਲਾਂ ਮਾਝੇ 'ਚ ਆਉਂਦੀ ਨੇ ਉਹ ਕਿਉਂ ਆਈ ਸਮੈਕ ਆਪਾਂ ਕਹਿੰਦੇ ਹਾਂ ਵੀ ਜਿਹੜੇ ਬਾਰਡਰਾਂ ਤੇ ਕਿੜੀ ਨਹੀਂ ਫਰਕਣ ਦਿੰਦੇ ਹਵਾ ਪੁੱਛ ਕੇ ਲੰਘੀ ਹੋਵੇ ਉਹਨਾਂ ਬਾਰਡਰਾਂ ਉਹਨਾਂ ਹੱਦਾਂ ਤੋਂ ਚਿੱਟਾ ਕਿਵੇਂ ਲੰਘ ਆਇਆ ਸਮੈਕਾਂ ਕਿਵੇਂ ਆ ਗਈਆਂ ਹੈਰੋਨਾਂ ਕਿਵੇਂ ਆ ਗਈਆਂ ਸੋ ਇਹ ਜਾਣ ਬੁੱਝ ਕੇ ਇੱਥੇ ਲਿਆਂਦੀਆਂ ਗਈਆਂ ਖਾਸ ਕਰਕੇ ਮਾਝੇ 'ਤੇ ਪਹਿਲਾਂ ਅਟੈਕ ਕੀਤਾ ਗਿਆ ਮਾਝੇ 'ਤੇ ਹਮਲਾ ਕੀਤਾ ਗਿਆ ਕਿਉਂਕਿ ਸਿੱਖ ਸੰਘਰਸ਼ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਉਹ ਮਾਝੇ ਦੇ ਲੋਕਾਂ ਦਾ ਰਿਹਾ ਉਹ ਚਿੱਟੇ ਦੇ ਨਾਲ ਮੈਂ ਦੇਖਿਆ ਕਿ ਮਾਝੇ ਦੇ ਵਿੱਚ ਕਈ ਕਲੋਨੀਆਂ ਇਹੋ ਜਿਹੀਆਂ ਵੀ ਮੈਨੂੰ ਸੁਣਨ 'ਚ ਆਈਆਂ ਕਿ ਜਿੱਥੇ ਵਿਧਵਾ ਕਲੋਨੀਆਂ ਦੇ ਨਾਂ ਨਾਲ ਮਸ਼ਹੂਰ ਹੈ ਕਿ ਕਈ ਕਈ ਸਾਲ ਹੋ ਗਏ ਕਈ ਕਈ ਪਿੰਡਾਂ ਦੇ ਵਿੱਚੋਂ ਕਈ ਕਈ ਸਾਲ ਹੋ ਗਏ ਬਰਾਤਾਂ ਨਹੀਂ ਚੜੀਆਂ ਸੋ ਇਹ ਚਿੱਟੇ ਨੇ ਪੂਰਾ ਨਿਗਲਿਆ ਮਾਝੇ ਨੂੰ ਪਰ ਉਹਦੇ ਜ਼ਿੰਮੇਵਾਰ ਲੋਕ ਕੌਣ ਸੀ ਸਾਡੀ ਜਵਾਨੀ ਨੂੰ ਖਾਣ ਵਾਲੇ ਲੋਕ ਕੌਣ ਸੀ ਜਿੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਸੀ ਸੈਂਟਰ ਜ਼ਿੰਮੇਵਾਰ ਸੀ ਦਿੱਲੀ ਜ਼ਿੰਮੇਵਾਰ ਸੀ ਕਿਉਂਕਿ ਦਿੱਲੀ ਨੇ ਸਾਨੂੰ ਨਿਸ਼ਾਨਾ ਬਣਾਇਆ ਇੱਕ ਤਾਂ ਉਦੋਂ ਸਹਾਰਾ ਲਿਆ ਗਿਆ ਗਾਉਣ ਵਾਲੇ ਕਲਾਕਾਰਾਂ ਦਾ ਕਿ ਜਵਾਨੀ ਨੂੰ ਉਹਦੇ ਨੱਚਣ ਟੱਪਣ 'ਤੇ ਲਾਇਆ ਜਾਵੇ ਦੂਜਾ ਸਹਾਰਾ ਲਿਆ ਗਿਆ ਚਿੱਟੇ ਦਾ ਸਮੈਕਾਂ ਦਾ ਅਤੇ ਹੈਰਾਨ ਦਾ ਉਹ ਜੇਲ੍ਹਾਂ 'ਚ ਵੀ ਵਰਤਾਈ ਗਈ ਉਹ ਸਾਡੇ ਮੁੰਡਿਆਂ ਨੂੰ ਵਰਤਾਈ ਗਈ
जिदे करके साड़ी जवानी जी हुण तक कहा जाता सी नशे च गलतान हो गया पंजाब उहदा जिम्मेवार होर लोग कौन रहे जिन्हां नूं असीं कहिंदे रहे पंथ वाले ने ये साडे ने इन्हां ने पंथ की बड़ी सेवा की है उन्हां दा भी रोल बहुत वड्डा रहा साडे माझे दा कि जरनैल कहा जाता है मैंने एक भाई कहना कहना भाई बोलता नहीं पर ना ना किसी का लियो कि सियासी बंदे का ना ना लियो भी किसी बादल वाले का या किसी कांग्रेस वाले का मैं यार जे अज पंजाब की जवानी नशे च गलतान हुई है साढ़े से बेरोजगारी फैली है साडा जवानी बाहरले मुल्कों में भज रही है साड़ी जवानी इन्ना मन जिंदाबाद मुर्दाबाद करती बदी जब साड़ी जवानी गैंगवार च मारी गई है वह जिम्मेवार कौन है जे अज असी 80 जान साड़ियां जा चुकी उत्थे हुण तक उहदा जिम्मेवार कहिंदा मोदी है कहिंदा शाह कहिंदी बीजेपी है साडा दिल्ली नाल रस्ता लग्या होया साडा कल नूं कितना मर्जी जानी वाली नुकसान हो सकता कि उहदा जिम्मेवार कहिंदा मोदी होगा सानूं इन्हां हालातां च पहुंचाउण वाले सानूं इस पावे नूं पहुंचाउण वाले कौन लोग ने आ बादल ते कैप्टन जिहदे सानूं हाले भी मैं हुण इत्थे खड़े होणे आ कई सज्जण थोड़े ते मैं पुछणा चाहुंदा हां पहलां आपां बादलां दी गल कर लैंदे हां जिहड़े कहिंदे असीं पंथ वाले हां असीं राज नूं सेवा कीती है हुण ओह फौती जिहड़े पंथ चेहरे सी निकल गए मुलाजम निकले नहीं हले निकल गए निकले नहीं जी जवाब नहीं आया मतलब आइए यह मोर्चा फतेह करके दबारे फिर मिले जी गलत सो हमने फैसला तुम्हें करना आ सारे हम ड्रामे रचते फिरते इतने हम भी देखो आप पूरा पंजाब हर पंजाब के पंजाबी ने अपना बच्चा बच्चा झोंका दिल्ली पहुंचा होया इतने ये अपने घर लंगड़ा करते फिरते इन्ने बंदे छड के जी पार्टी चो इधर आ गए जी इन्ने साधे शामिल हो गए तो भी पार्टी आ छी सो हम सब समझ की लड़ है कि कौन साढ़े है भरावो ते कौन साडे बिदाने आ कौन साडे दुश्मन आ इकारा पलावे निहाल हो जावे मलकी तेर ते मानू भावे मैं राह दे विच सड़क दे उत्ते आउंदा देख रिहा सी हाईवे जिहड़ा अपने जांदा इत्थों बठिंडिओं अमृतसर आउंदा तां मेरे नाल बंदा अमरीका तों आया इहने दस्सिआ कहिंदा भई इह जिहड़ियां सड़कां बणाईआं गईआं ना हाईवे बणाए गए ਇਹ ਕਹਿੰਦਾ ਬਿਲਕੁਲ ਅਮਰੀਕਾ ਵਾਲੀ ਤਰਜ਼ ਦੇ ਉੱਤੇ ਜਾਂ ਕੈਨੇਡਾ ਵਾਲੀ ਤਰਜ਼ ਦੇ ਜਾਂ ਬਾਹਰਲੇ ਮੁਲਕਾਂ ਦੀ ਤਰਜ਼ ਉਹਦੇ ਆਧਾਰ ਤੇ ਬਣੇ ਹੋਏ ਹਾਈਵੇ ਆ ਮੈਂ ਕਿਹਾ ਵੀ ਕਿਵੇਂ ਕਹਿੰਦਾ ਇਹ ਦੇਖੋ ਧਰਮ ਕੰਡਾ ਲੱਗਿਆ ਹੋਇਆ ਸੜਕ ਦੇ ਉੱਤੇ ਢਾਬਾ ਖੁੱਲਿਆ ਹੋਇਆ ਚੈੱਕ ਪੋਸਟ ਬਣੀ ਹੋਈ ਆ ਸੜਕ ਦੇ ਉੱਤੇ ਤਾਂ ਇਹ ਕੈਮਰੇ ਲੱਗੇ ਹੋਏ ਨੇ ਕਹਿੰਦਾ ਇਹ ਜਿਹੜੇ ਹਾਈਵੇ ਨੇ ਇਹ ਆਪਾਂ ਨੂੰ ਸਮਝ ਹੁਣ ਪਈ ਆ ਹਲੇ ਦਰਅਸਲ ਇਹ ਹਾਈਵੇ ਬਣਨੇ ਸ਼ੁਰੂ ਜਦੋਂ ਹੋਏ ਆ ਉਦੋਂ ਪਹਿਲਾਂ ਹੀ ਇਹ ਦੌਤਾਂ ਬਣ ਲੱਗ ਗਈਆਂ ਸੀਗੀਆਂ ਇਹ ਕਹਾਣੀਆਂ ਬੋਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਕਿਵੇਂ ਇਹੋ ਜਿਹੀ ਪੰਜਾਬ ਦੇ ਲੋਕਾਂ ਤੋਂ ਜ਼ਮੀਨ ਖੋਣੀ ਆ ਆਪਾਂ ਦੇਖਦੇ ਨਾ ਹਾਈਵੇ ਲੋਕਾਂ ਢਾਬੇ ਹਲੇ ਚੱਲੇ ਨਹੀਂ ਢਾਬੇ ਉਹ ਇਹਨਾਂ ਦੇ ਪੱਪ ਵੀ ਨਹੀਂ ਹਲੇ ਚੱਲੇ ਕੈਮਰੇ ਲਾ ਕੇ ਆਪਾਂ ਦੇਖ ਲਿਆ ਕੰਡੇ ਲੱਗੇ ਹੋਏ ਨੇ ਸੜਕਾਂ ਦੇ ਉੱਤੇ ਹਾਈਵੇ ਉੱਤੇ ਕੰਡਿਆਂ ਦਾ ਹੀ ਕੰਮ ਸੀ ਤਾਂ ਕਿ ਜਿਹੜੇ ਹਾਈਵੇ ਰਾਹੀਂ ਇੱਥੋਂ ਅੱਗੇ ਪਾਕਿਸਤਾਨ ਰਾਹੀਂ ਅੱਗੇ ਅਰਬ ਦੇਸ਼ਾਂ ਰਾਹੀਂ ਅਤੇ ਅੱਗੇ ਯੂਰਪ ਦੇਸ਼ਾਂ ਤੱਕ ਦਾ ਵਪਾਰ ਇਹ ਹੋਣਾ ਜਦੋਂ ਦੇਖੋ ਆਪਾਂ ਸੁਣਦੇ ਹੁੰਦੇ ਸੀਗੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਇਹ ਮੁੰਡਾ ਮੇਰਾ ਦਿੱਲੀ ਅਮਰੀਕਾ ਤੋਂ ਆਇਆ ਇਹ ਕਹਿੰਦਾ ਬਈ ਅਮਰੀਕਾ ਵਾਲੋਂ ਅਸੀਂ ਕਈ ਗੁਣਾ ਅੱਗੇ ਹਾਂ ਸਾਡੀ ਜਿਹੜੀ ਆ ਧਰਤੀ ਇੰਨੀ ਜਰਦੇਜ਼ ਧਰਤੀ ਆ ਜਿਹੜੇ ਕੈਲੀਫੋਰਨੀਆ ਦੀ ਗੱਲ ਕਰਦੇ ਆ ਉਦੋਂ ਕਈ ਦਰਜੇ ਅਸੀਂ ਉੱਪਰ ਹਾਂ ਜਦੋਂ ਸਾਡਾ ਸਹੀ ਮੁੱਲ ਪੈਣ ਦਾ ਵੇਲਾ ਆਇਆ ਸਮੇਂ ਸਮੇਂ 'ਤੇ ਪੰਜਾਬ ਨੂੰ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ ਦੱਬਿਆ ਗਿਆ ਕੁਚਲਿਆ ਗਿਆ ਕਦੇ 47 'ਚ ਵੰਡਿਆ ਕਦੇ 60 'ਚ ਵੰਡਿਆ ਕਦੇ 84-90 ਦੇ ਵਿੱਚ ਸਾਡਾ ਕਤਲੇਆਮ ਕੀਤਾ ਜਦੋਂ ਹੁਣ ਮੌਕਾ ਆਇਆ ਬਾਹਰਲੇ ਮੁਲਕਾਂ ਨਾਲ ਹੱਥਾਂ ਸਰਹੱਦਾਂ ਖੁੱਲ੍ਹ ਕੇ ਵਪਾਰ ਹੋਣੇ ਸੀ ਉਦੋਂ ਸਾਡੇ ਨਾਲ ਜ਼ਮੀਨਾਂ ਖੋਣਾ ਪਏ ਆਹ ਹਾਈਵੇ ਹੋਰ ਲੋਕ ਨਿਕਲ ਰਹੇ ਨੇ ਜਿਹਦੇ ਤੋਂ ਨਿਕਲਦਾ ਅੰਮ੍ਰਿਤਸਰ ਤੋਂ ਸਿੱਧਾ ਆਪਣਾ ਅਜਮੇਰ ਸ਼ਰੀਫ ਤੱਕ ਰਾਜਸਥਾਨ ਤੱਕ ਇੱਕ ਨਿਕਲ ਰਿਹਾ ਦਿੱਲੀ ਜੰਮੂ ਕਟੜੇ ਵਾਲਾ ਜਿਹੜਾ ਹਾਈਵੇ ਹੈ 250-300 ਫੁੱਟ ਚੌੜੀਆਂ ਸੜਕਾਂ ਨੇ 100-100 ਕਿਲੋਮੀਟਰ ਤੱਕ ਕੋਈ ਤੱਕ ਨਹੀਂ ਹੈਗਾ ਨਾ ਤੁਸੀਂ ਉਸ ਹਾਈਵੇ ਦੇ 90 ਫੁੱਟ ਇੱਧਰ ਅਤੇ ਨਾ 90 ਫੁੱਟ ਇੱਧਰ ਕੋਈ ਕਮਰਾ ਖੜਾ ਕਰ ਸਕਦਾ ਨਾ ਕੋਈ ਬੋਰ ਖੜਾ ਕਰ ਸਕਦਾ ਬੋਰ ਲਾ ਸਕਦੇ ਹਾਂ ਅਤੇ ਰੁਪਇਆ ਕਿੰਨਾ ਦੇ ਰਹੇ ਆ ਇੱਕ ਕਿੱਲੇ ਦਾ 9 ਲੱਖ ਰੁਪਇਆ ਹੁਣ ਜਿਹਦੇ 500 ਕਿੱਲੇ ਪੈਲੀ ਹੈ ਜਿਹਦੇ ਵਿਚਾਰ ਦੀ ਹਾਈਵੇ ਬਚੇਗਾ 250 ਫੁੱਟ ਸੜਕ ਚੌੜੀ ਨਿਕਲ ਗਈ ਕਿੱਲਾ ਇੱਧਰ ਬਚੂਗਾ ਅੱਧਾ ਕਿੱਲਾ ਇੱਧਰ ਬਚੂਗਾ ਉਹਦੇ ਪੱਲੇ ਵੀ ਰਹਿ ਜਾਣਾ ਇਹ ਸੜਕਾਂ ਉਹਨਾਂ ਅੰਬਾਨੀਆਂ ਅਡਾਨੀਆਂ ਉਹਨਾਂ ਪੂੰਜੀਪਤੀ ਲੋਕਾਂ ਲਈ ਹੈ ਜਿਨ੍ਹਾਂ ਨੇ ਇੱਥੋਂ ਵਪਾਰ ਕਰਨਾ ਪਾਕਿਸਤਾਨ ਰਾਹੀਂ ਅੱਗੇ ਜਾਣਾ ਸਾਰਾ ਸਮਾਨ ਲੈ ਕੇ ਭਰਾਵੋ ਹੁਣ ਵੇਲਾ ਸੀਗਾ ਇਹਨੇ ਸਾਰੀ ਫਿਰ ਦੌਲਤ ਬਣਾ ਲਈ ਵੀ ਹੁਣ ਜ਼ਮੀਨ ਕਿਵੇਂ ਖੋਈ ਜਾਵੇ ਹੁਣ ਆਪਾਂ ਕਹਿੰਦੇ ਜ਼ਮੀਨ ਕਿਵੇਂ ਖੋਈ ਜਾਊਗੀ
कोई गल नहीं, जो जमीन खरीदा ही नहीं बेचते जमीन, हम जमीन कैसे खोलने जाएगा ध्यान दे। कश्मीर के अडानी 6-7 साल पहला गया, उन्हें की किया सेबा का रेट से जो 20 रुपये किलो सेब खरीदे से, खरीदे थे लोगल खरीददार, लोग जो उतों के व्यापारी से खरीदे उन्होंने 20 रुपये किलो। अडानी जाके अपने स्टोर बनाए, सेब का रेट चकता 22-23 रुपये किलो करता, फिर 25 रुपये किलो करता। जो लोगल खरीददार से छोटे व्यापारी से उन्होंने पहुँच नहीं सी, उन्होंने खरीद बंद करती, रह गया उतना खरीददार कला अडानी। अडानी ने देखा भी होना सारे सेबे जो खरीददार भज गए, व्यापारी खत्म हो गए, सेब का रेट करता 6 रुपये किलो। आ सेब खरीदया खरीदते देखा करो पर्ची लगी आई अडानी की, हम उत्थे मरता हुआ बंदा की करूंगा। अं साडे हुण साडे कई बार फसल का रेट चके जाने 2000 का 2500 मिलेगा, 2500 का 3000 मिलेगा। तो साडे लोग यह जे ने कोई बाली दूरदार की नहीं सोचते, असं कोई लंबी सोच नहीं साड़ी होंगी। सानू तो मैं ऐसा लगता भी कोई फ्री दे मुफ्त के गुड़ के जहर भेट के अभी वो भी खाने को तैयार हो जाते। ये नहीं सोचा भी सानू 100 साल में 500 साल में 1000 साल तक साड़िया नस्ल ने इतने रहना, साड़िया पीढ़ियां ने इतने आना, उन्होंने किहो जिहा भविष्य होगा, किहो जिहा पंजाब, किहो जिही धरती नहीं छड़ के जाणी है। सो फिर असीं उधर नूं चलना भी 2000 नूं सरकारी खरीद आ, 2500 नूं प्राइवेट आ, जां प्राइवेट नूं बेचांगे। ये आप सारे जानते हैं FCI टुट जाना है, सरकारी मंडियां खत्म, सरकारी खरीद खत्म। फिर कहते 500 रुपये किलो कमांडर, 500 रुपये नूं कमांडर तक खरीदा गए, बेचनी है बेचो नूं छोटी मर्जी है, मरता हुआ बंदा की करूंगा। ऐ साडियां जमीनां जिहड़ियां उह जाणियां ने, रिलायंस हुण आने वाले समय के बैंकां खोल रही है, बैंकां पंजाब के अवानी दीआं बैंकां आणगीआं, सानूं खुला करजा दिता जाऊगा भी लो भाई किले दे, जिवें पहलां 10 लाख चक लो, 20 लाख चक लो। साडे लोगों ने पता की करना होंगे, असी कहड़ा करजा चक के कोई कारोबार वढ़ना होंगे, जां देखना उन्होंने गवांढी एक मंजिली पाई बैठा, असीं 4 मंजिली पाऊंगे। गवांढी को ट्रैक्टर कहड़ा भाई 855, मैं तो जोंडियर लेके आया। आ साडे नौजवान घर लड़ते होंगे बेबे नाल बापू नाल भी, मैं तो कुछ खा के मरदा, मैं तो भिड्डा साल फोन आया हो इतों का 12-13 हो कहड़ा वो लेके गए, 1-1.25 लाख रुपये का फोन है। ब्याह के ऐ खुले खर्चे असं डाने होंगे, भोगों के खुले खर्चे डाने होंगे, वो करजे चक चक के असं जो पैसे है वो खली गुंजी बार देने, तो खीर फिर जमीन बेच के कहना चला। ये खर्चा तो भी संकोच कराया करो यार, मैं देखा ना सियाने होना पैना, सियाने होना पैना। साढ़े परसों मुंडा एक ट्रैक्टर मार्ट के आया, वो आशा ट्रैक्टर 50,000 का ट्रैक्टर, 1,00,000 रुपये का साउंड लवाई बंदा सी, कमाल है। तो कई बार गुस्सा ना कर दौ, जमीन थोड़िया होना, ट्रैक्टर वाला व्डा लै लेना, क्लच छिपदा गवांढी के खेत जा वड़ता, ये हालात साढ़े लोगों के। सो ये समझना पैना यार, असं चादर देख के पैर पसारीए, जिन्नी साढ़े चो हैगी बजाय साहब हिसाब ना खर्चा करा करो, देखो देखना तो मरिया कर। सो इतने आप देखो लुधियाने के बच्चे, लुधियाने जाओ कि पता लगू सब, लुधियाने के जोड़े बंदे अच्छ तो 10-15-20 साल पहला आके रेहड़ियां लाते होंगे सी ना बाजार के समोसे कुलचे बेचते होंगे, सी 4-4 मंजिलियां कोठियां पाई बैठे, 20-20 लाख दीआं गड्डियां लई फिरदे आ, पर हत्थी मेहनत की फालतू खर्चे नहीं किए। सो इस करके सानू समझना पैना भरावो। सो यही आप गल्लां बातां भाई माझे वाले करना है, सारिया गल्लां का फैसला फायदा ता ही हुंदा है जे अमल करांगे, जे असीं एडी दूरों आए तुहाडे कोल चल के इधरों पाइया इधरों खर्चियां भरावो कोई फायदा नहीं। ये गल का ख्याल रखियो, जे अज भी घर बैठे रहे ना यही सोची गए छंड परे मैं की लैना है, आपां नूं की आ, मेरा गवांढी वग जूगा पिंड चो वग गए 10 ट्रैक्टर आपां उत्थे करांगे, मेरा तां 10 लाख दा, मेरा तां 5 लाख दा ट्रैक्टर आपां लैना जावे। आ जो जमीनां गईआं सोलां 5 लाख दा कहिंदे 5000 च नहीं लैणा, इक वार च नहीं खरीदना कहिंदे, याद रखियो। जां साडे इह सोचदा मैं 10 किल्यां दा मालक आ, मैं 15 दा, मैं मुलाजम लग्गिआ, मैं मेरे नाल सारे कनेडा अमरीका बैठे, मैं भी बाहर नूं वग जूगा। मैं धन्यवाद करता बाहर बैठे भरावान का, बाहर के बैठे फोन कर दिया कहते भाई टिकटा करा लिया सीधे दिल्ली उतरेंगे। ये इतिहास इतिहास में किमें दोहरा रहा है, जे करतार सिंह सराभा बरकरे वर्गिया यूनिवर्सिटियां छड़ के आपके लोगों की आपकी मिट्टी की खातर इतने आके शहीद होया सी, तो वह फिर साडे नौजवान फिर पा रहे, इतिहास फिर अपने आप में दोहरा रहा है।
ਸੋ ਇਸ ਕਰਕੇ ਭਰਾਵੋ ਇਹ ਮਿੱਟੀ ਕਹਿੰਦੇ ਸਾਡੀ ਮਾਂ ਹੁੰਦੀ ਹੈ, ਜ਼ਮੀਨ ਕਿਸਾਨ ਦੀ, ਕਾਮੇ ਦੀ ਮਿੱਟੀ ਮਜ਼ਦੂਰ ਦੀ ਮਾਂ ਹੁੰਦੀ ਹੈ ਅਤੇ ਮਾਂ ਦੀ ਜੋ ਇੱਜ਼ਤ ਆਪਣੂ 'ਤੇ ਆਉਂਦੀ ਹੈ ਤਾਂ ਹਰ ਬੰਦਾ ਤਿਆਰ ਹੁੰਦਾ ਲੜਨ ਦੇ ਲਈ, ਮਰਨ ਦੇ ਲਈ, ਸੰਘਰਸ਼ ਕਰਨ ਦੇ ਲਈ। ਰੋਜ਼ ਰੋਜ਼ ਲੋਕ ਲਹਿਰਾਂ ਨਹੀਂ ਉੱਠਦੀਆਂ ਹੁੰਦੀਆਂ, ਰੋਜ਼ ਰੋਜ਼ ਨਹੀਂ ਲੋਕ ਸੰਘਰਸ਼ ਉੱਠਦੇ ਹੁੰਦੇ, ਰੋਜ਼ ਰੋਜ਼ ਨਹੀਂ ਲੋਕ ਇਕੱਠੇ ਹੁੰਦੇ ਹੁੰਦੇ। ਬੜੇ ਲੰਬੇ ਅਰਸੇ ਬਾਅਦ 35-40 ਸਾਲ ਬਾਅਦ ਭਾਵੇਂ ਪੰਜਾਬ ਉੱਠਿਆ। ਬਰਕਰਾਰ ਰਹਿਣਾ ਚਾਹੀਦਾ। ਮੋਢੇ ਨਾਲ ਮੋਢਾ ਜੋੜ ਕੇ ਚੱਲੋ, ਸਾਡੇ ਮਜ਼ਦੂਰ ਭਰਾਵਾਂ ਨੂੰ ਵੀ ਨਾਲ ਲੈ ਕੇ ਚੱਲੋ, ਸਾਡੇ ਦੁਕਾਨਦਾਰਾਂ ਭਰਾਵਾਂ ਨੂੰ ਨਾਲ ਲੈ ਕੇ ਚੱਲੋ। ਜਿਹੜੇ ਸੋਚਦੇ ਅਸੀਂ ਮੁਲਾਜ਼ਮ ਹੈ, 50,000 ਲੈਂਦੇ ਹਾਂ, ਥੋੜੀਆਂ ਪੈਨਸ਼ਨਾਂ ਬੰਦ ਕਰ ਦੇਣਗੇ, ਉਹ ਸਮਝ ਕੇ ਕੌਣ ਆ ਰਿਹਾ? 8 ਘੰਟੇ 12 ਘੰਟੇ ਕੰਮ ਲਿਆ ਕਰਨਗੇ ਦਫ਼ਤਰ ਦੇ ਵੀ ਕੌਣ ਆ ਰਿਹਾ? ਤਨਖਾਹਾਂ ਘਟਾ ਦੇਣਗੇ ਵੀ ਕੌਣ ਆ ਰਿਹਾ? ਇਹ ਇਕੱਲੇ ਇਕੱਲੇ ਵਰਗ ਨੂੰ, ਇਕੱਲੇ ਇਕੱਲੇ ਖੇਤਰ ਨੂੰ ਨਖੇੜ ਕੇ ਇਹਨਾਂ ਨੇ ਭਰਾਵੋ ਮਾਰਨਾ। ਅੱਜ ਮੌਕਾ ਬਣਿਆ ਹੋਇਆ, ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ। ਸੋਹਣੀ ਗਵਾਹੀ ਚੱਲ ਰਹੀ ਹੈ, ਕਿਸਾਨ ਜਿਹੜੇ ਉਹਨਾਂ ਜਿਹੜੇ ਆਗੂ ਸਾਹਿਬਾਨ ਹੈ, ਚੰਗੀ ਗਵਾਹੀ ਦੇ ਵਿੱਚ ਘੋਲ ਲਿਆ ਜਾ ਰਿਹਾ। ਆਓ ਮੇਰਾ ਵੀਰ, ਆਪਾਂ ਉਹਨਾਂ ਦੇ ਨਾਲ ਜਾ ਕੇ ਖੜ ਗਏ। ਉੱਥੇ ਹਰ ਘਰ ਦਾ ਬੰਦਾ, ਹਰ ਘਰ ਦਾ ਕਰਮਚਾਰੀ, ਹਰ ਘਰ ਦੀ ਗੱਡੀ ਜਾਣੀ ਚਾਹੀਦੀ ਹੈ। ਹੱਥ ਖੜੇ ਕਰੋ ਹਰ ਮਾਝੇ ਦੇ, ਕਿਤੇ ਗਾਓਗੇ। ਦੋ ਗੱਲਾਂ ਦਾ ਖਿਆਲ ਰੱਖਿਓ, ਇੱਕ ਤਾਂ ਸ਼ਾਂਤੀ ਬਣਾ ਕੇ ਰੱਖਣੀ ਆ, ਨੌਜਵਾਨਾਂ ਨੂੰ ਅਪੀਲ ਕਰੂੰਗਾ ਅਤੇ ਜਾਤ ਤੇ ਜੋ ਬਾਹਰ ਨਹੀਂ ਜਾਣਾ, ਕਿਉਂਕਿ ਜਿਹੜੇ ਕੋਲ ਜੋਸ਼ ਨਹੀਂ ਆਪਾਂ ਕਮਾਉਣਾ, ਜੋਸ਼ ਆਈ ਬਰਕਰਾਰ ਰਹਿਣਾ ਚਾਹੀਦਾ ਵੀ ਚੱਕ ਦਿਆਂਗੇ, ਪਰ ਨਾਲ ਦੀ ਨਾਲ ਹੋਸ਼ ਤੋਂ ਕੰਮ ਲੈਣਾ। ਕਿਉਂਕਿ ਜਦੋਂ ਹੀ ਕੋਈ ਅੰਦੋਲਨ ਹਿੰਸਕ ਹੋ ਜਾਂਦਾ ਨਾ, ਸਰਕਾਰਾਂ ਚਾਹੁੰਦੀਆਂ ਨੇ ਕਿ ਅੰਦੋਲਨ ਹਿੰਸਕ ਹੋਵੇ, ਜਦੋਂ ਵੀ ਹਿੰਸਕ ਹੋਵੇਗਾ ਸਰਕਾਰ ਨੂੰ 5 ਮਿੰਟ ਨਹੀਂ ਲੱਗਣੇ ਤੁਹਾਨੂੰ ਖਰੇੜਨ ਦੇ ਲਈ, ਬਹਾਨਾ ਬਣਾ ਕੇ ਉਹਨੂੰ ਮੌਕਾ ਮਿਲ ਜਾਣਾ ਵੀ ਆਹ ਦੇਖੋ ਜੀ ਇਹਦਾ ਹੁਲਰਬਾਜ਼ੀ ਕਰਦੇ ਸੀ, ਭੰਨ ਤੋੜ ਕਰਦੇ ਸੀ। ਪੂਰੇ ਜਾਤ 'ਤੇ ਜਾਣਾ, ਸ਼ਾਂਤੀ 'ਤੇ ਆਉਣਾ। ਆਪਾਂ 22 ਤਰੀਕ ਨੂੰ ਇੱਥੋਂ ਮੋਗੇ 'ਤੇ ਜਾਣਾ, ਮੋਗਿਓ ਅਸੀਂ ਸੋਚਦੇ ਹਾਂ ਵੀ ਮੋਗਿਓਂ ਕਾਫਲਾ ਬਣਾ ਕੇ, ਕਿਉਂਕਿ ਮੋਗਾ ਵਿਚਾਰਾ ਜੇ ਪੈ ਜਾਂਦਾ ਸਾਰੇ ਪੰਜਾਬ ਦੇ, ਮੋਗਿਓਂ ਬਰਨਾਲਾ ਸੰਗਰੂਰ ਹੋ ਕੇ ਆਪਾਂ ਜਾਣਾ। ਜਿਹੜੇ ਵੀ ਸੱਜਣਾਂ ਨੇ ਉੱਧਰ ਕੋਈ ਆਪਣੇ ਟਰੈਕਟਰ ਲੈ ਕੇ ਆਉਣੇ ਆ, ਟਾਲੀਆਂ ਲੈ ਕੇ ਆਉਣੀਆਂ, ਕੋਈ ਗੱਡੀਆਂ ਲੈ ਕੇ ਆਉਣੀਆਂ, ਉਸ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਛੱਡ ਕੇ ਅਸੀਂ ਇਕੱਠੇ ਹੋ ਕੇ, ਕਿਉਂਕਿ ਜਦੋਂ CID ਦੀਆਂ ਰਿਪੋਰਟਾਂ ਜਾਂਦੀਆਂ ਨੇ ਕਿ ਇੰਨੇ ਲੱਖਾਂ ਲੋਕ ਨੇ ਜਿਹੜੇ, ਲੱਖਾਂ ਹਜ਼ਾਰਾਂ ਟਰੈਕਟਰ ਟਰਾਲੀਆਂ ਗੱਡੀਆਂ ਚੱਲ ਪਈਆਂ ਨੇ ਪੰਜਾਬ ਤੋਂ, ਤਾਂ ਉਹਦਾ ਅਸਰ ਹੈ ਜਿਹੜਾ ਸਰਕਾਰ 'ਤੇ ਜਾਂਦਾ ਕਿ ਹੁਣ ਲੋਕ ਰੁਕਣ ਵਾਲੇ ਨਹੀਂ ਹੈ। ਸੋ ਆਓ ਭਰਾਵੋ, ਇੰਨੀਆਂ ਤੁਹਾਨੂੰ ਬੇਨਤੀਆਂ ਕਰਨੀਆਂ ਸੀ, ਆਪਣਾ ਏਕਾ ਬਣਾ ਕੇ ਰੱਖੋ। ਖੁਸ਼ੀ ਵਾਲੀ ਗੱਲ ਹੈ, ਘਰੇਵਾਲੀਆਂ ਤੋਂ ਪਰੁੱਠੇ ਹਾਂ ਆਪਾਂ, ਪਾਰਟੀ ਵਾਲੀਆਂ ਤੋਂ ਪਰੁੱਠੇ ਹਾਂ ਆਪਾਂ, ਆਪਾਂ ਅੱਜ ਇੱਕ ਹੋਏ ਹਾਂ। ਮੈਂ ਇਹ ਉਦਾਹਰਨ ਹਰ ਥਾਂ ਦਿੰਦਾ ਹੁੰਦਾ, ਮੋਗੇ ਦੇ ਇੱਕ ਪਿੰਡ ਦੇ ਵਿੱਚੋਂ ਦੋ ਭਰਾ ਦਿੱਲੀ ਬੈਠੇ ਆ, ਦੋਨੇ ਭਰਾਵਾਂ ਦੀ 10 ਸਾਲ ਆਪਸ ਮੈਂ ਜਵਾਨ ਸਾਂਝੀ ਨਹੀਂ ਕੀਤੀ ਕਰੇ ਦੋਨਾਂ ਭਰਾਵਾਂ ਨੇ, ਜ਼ਮੀਨੀ ਝਗੜੇ ਦਾ ਕੇਸ ਚੱਲਦਾ ਸੀ ਦੋਨਾਂ ਭਰਾਵਾਂ ਦਾ, ਪਰ ਦੋਨੇ ਭਰਾ ਇੱਕੋ ਤੰਬੂ 'ਚ ਪੈਂਦੇ ਨੇ, ਇਕੱਠੇ ਰੋਟੀ ਖਾਂਦੇ ਨੇ, ਅਤੇ ਫੈਸਲਾ ਕਰ ਲਿਆ ਕਿ ਪੰਜਾਬ ਜਾ ਕੇ ਜ਼ਮੀਨੀ ਝਗੜੇ ਦਾ ਕੇਸ ਵੀ ਵਾਪਸ ਲੈਣਾ ਭਰਾਵਾਂ ਉੱਚਾ। ਇਹ ਪ੍ਰਾਪਤੀਆਂ ਨੇ ਸਾਡੇ ਇਸ ਘੋਲ ਦੀਆਂ ਕਿ ਸਾਡਾ ਸਾਰੇ ਵਰਗ ਗਿਲੇ ਸ਼ਿਕਵੇ ਭੁਲਾ ਕੇ, ਆਪਣੇ ਮਤਭੇਦ ਭੁਲਾ ਕੇ, ਮਨਾਂ ਦੀਆਂ ਦੂਰੀਆਂ ਨੂੰ ਖਤਮ ਕਰਕੇ ਆਪਾਂ ਇਕੱਠੇ ਹੋ ਗਏ। ਬਸ ਇਕੱਠੇ ਰਹਾਂਗੇ, ਨਾ ਤਾਂ ਇਹ ਲੜਾਈ ਪਹਿਲੀ ਹੈ ਅਤੇ ਨਾ ਇਹ ਆਖਰੀ ਹੈ, ਸ਼ੁਰੂਆਤ ਪੰਜਾਬ ਨੇ ਕਰ ਦਿੱਤੀ ਹੈ। ਮੈਂ ਦੇਖਦਾ ਕਿ ਮਾਣ ਮਹਿਸੂਸ ਹੁੰਦਾ, ਸੀਨਾ ਚੌੜਾ ਹੋ ਜਾਂਦਾ ਜਦੋਂ ਉੱਥੋਂ ਤੋਂ ਅਸਾਮ ਦਾ ਬੰਦਾ, ਬਿਹਾਰ ਦਾ, ਬੰਗਾਲ ਦਾ, ਯੂਪੀ ਦਾ, ਉੱਤਰਾਖੰਡ ਦਾ ਮਿਲਦਾ ਨਾ, ਕਹਿੰਦਾ ਪੰਜਾਬੀ ਉਹ ਤੁਹਾਡੇ ਬਾਰੇ ਕਦੇ ਪੜ੍ਹਿਆ ਸੀ, ਕਦੇ ਸੁਣਿਆ ਸੀ, ਪਰ ਅੱਜ ਤੁਸੀਂ ਦਿਖਾ ਤਾ। ਪੂਰੀ ਦੁਨੀਆ ਦੇ ਵਿੱਚ ਅੱਜ ਗੱਲ ਚੱਲ ਰਹੀ ਹੈ, ਡੰਕਾ ਵੱਜ ਰਿਹਾ ਪੰਜਾਬੀਆਂ ਦਾ ਕਿ ਜਦੋਂ ਪੰਜਾਬੀ ਕਹਿੰਦੇ ਆ, ਜੋ ਪੰਜਾਬੀ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਸੋ ਆ ਜਾਓ, ਇਹ ਸਿਰ ਦਾ ਤਾਜ ਪੰਜਾਬੀਆਂ ਦੇ ਸਿਰ ਤੋਂ ਆਪਾਂ ਲੈਣ ਨਹੀਂ ਦੇਣਾ। ਡਟ ਕੇ ਸਰਕਾਰ ਡਰੀ ਪਈ ਆ, ਅੰਦਰੋਂ ਹਿੱਲੀ ਪਈ ਆ, ਕੰਬੀ ਪਈ ਆ, ਉੱਤੋਂ ਜੋ ਮਰਜ਼ੀ ਸ਼ੋਅ ਕਰੀ ਜਾਵੇ, ਉੱਤੋਂ ਜੋ ਮਰਜ਼ੀ ਬੋਲੀ ਜਾਵੇ, ਗਲੋਂ ਗਲਾਵਾਂ ਲਾਉਣ ਨੂੰ ਫਿਰਦੇ ਆ ਵੀ ਕਿਵੇਂ ਨਾ ਕਿਵੇਂ ਬਲਾ ਕੌਣ ਲੈ ਜੇ, ਪਰ ਸਾਡੇ ਲੋਕ ਹੁਣ ਪਿੱਛੇ ਨਹੀਂ ਹਟਣਗੇ। ਰੱਦ ਕਰਾਏ ਬਿਨਾਂ ਸਾਡਾ ਕੋਈ ਹੱਲ ਹੀ ਨਹੀਂ ਹੈਗਾ। ਯਾਦ ਰੱਖਿਓ, ਜੇ ਅੱਜ ਨਾ ਅਸੀਂ ਉੱਠੇ, ਇਹ ਕਾਨੂੰਨ ਨਾ ਰੱਦ ਹੋਇਆ ਤਾਂ ਸਾਡੇ ਜਿਹੜੇ ਹਾਲਾਤ ਵਾਲੇ ਬਹੁਤ ਜ਼ਿਆਦਾ ਬਦਤਰ, ਬਹੁਤ ਜ਼ਿਆਦਾ ਮਾੜੇ ਹੋਣੇ ਆ। ਸਮਾਂ ਬੜਾ ਮਾੜਾ ਹੁੰਦਾ, ਇਹ ਗੱਲ ਯਾਦ ਰੱਖਿਓ, ਆਪਣੇ ਜਿਹਨ ਆਪਣੇ ਦਿਮਾਗ 'ਚ ਬਿਠਾ ਲਿਓ। ਫਿਰ ਇਕੱਲੇ ਰਹਿ ਜਾਂਗੇ, ਫਿਰ ਕਿਸੇ ਨੇ ਬਾਂਹ ਨਹੀਂ ਫੜਨਾ ਆਉਣੀ, ਲੋਕਾਂ ਦਾ ਹੌਸਲਾ ਟੁੱਟ ਜਾਣਾ, ਅਲੱਗਾ ਐਡਾ ਵੱਡਾ ਅੰਦੋਲਨ ਹੋਇਆ, ਇੰਨੀ ਦੁਨੀਆ ਦਿੱਲੀ ਪਹੁੰਚੀ, ਉਦੋਂ ਜੇ ਕੁਛ ਕਰ ਸਕੇ ਹੁਣ ਕੀ ਕਰ ਸਕਦੇ ਹਾਂ।
ਸੋ ਆਓ ਮੇਰਾ ਵੀਰ ਇਕੱਠੇ ਹੋ ਕੇ ਆਪਾਂ ਹੁਣ ਆਖਰੀ ਹੱਲਾ ਏ ਜ਼ੋਰਦਾਰ ਮਾਰ ਦੇਵੇ ਹੱਲਾ ਤਾਂ ਲੋਹਾ ਕਲਮਾ ਸੱਪ ਜਿੰਨੀ ਜ਼ੋਰਦਾਰ ਵੱਜੂਗੀ ਉਨੀ ਆਪਣੀ ਜਿੱਤਾਂ ਦੀ ਛੇਤੀ ਹੋ ਜਾਣੀ ਤੇ ਜਿੱਤ ਯਕੀਨੀ ਹੋਣੀ ਇਹ ਗਿਣਤੀ ਤੁਹਾਡੀ ਤੇ ਨਿਰਭਰ ਕਰਦੀ ਹੈ ਤੁਹਾਡੀ ਲਾਮਬੰਦੀ ਤੇ ਨਿਰਭਰ ਕਰੂਗੀ ਜਿੱਤ ਕਿ ਕਿੰਨੀ ਤੁਸੀਂ ਵੱਡੀ ਲਾਮਬੰਦੀ ਕਰਦੇ ਜਿੱਦੀ ਵੱਡੀ ਗਿਣਤੀ ਦੇ ਜਾ ਲੈ ਜਾਓਗੇ ਜਿੱਦੀ ਵੱਡੀ ਤੁਸੀਂ ਉੱਥੇ ਗਿਣਤੀ ਕੱਪ ਦਿਖਾ ਦੋਗੇ ਓਡੀ ਛੇਤੀ ਜਿੱਤ ਤੁਹਾਡੀ ਝੋਲੀ 'ਚ ਭਾਵਾਂ ਪੈਣ ਵਾਲੀ ਹੈ ਧੰਨਵਾਦ ਬੋਲੇ Thank you.